ਫਿਲਹਾਲ ਅਗਲੀ ਖਬਰ ਦਾ ਰੁਖ ਕਰ ਲੈਂਦੇ ਹਾਂ। ਮੋਗਾ ਤੋਂ ਖਬਰ ਆ ਰਹੀ ਹੈ, ਮੋਗਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੇ। 1 ਕਿਲੋ ਹੈਰੋਇਨ ਦੇ ਨਾਲ 2 ਨਸ਼ਾ ਤਸਕਰ ਇੱਥੇ ਕਾਬੂ ਪੁਲਿਸ ਨੇ ਕੀਤੇ ਹੈ। ਦੋਵੇਂ ਮੁਲਜ਼ਮਾਂ ਦੇ ਵੱਖ ਵੱਖ ਥਾਣਿਆਂ ਦੇ ਵਿੱਚ 11 ਤੋਂ ਵੱਧ ਮੁਕੱਦਮੇ ਦਰਜ ਨੇ। ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਤਾਂ ਮੋਗਾ ਪੁਲਿਸ ਦੇ ਹੱਥ ਇਹ ਵੱਡੀ ਕਾਮਯਾਬੀ ਲੱਗੀ ਹੈ। 1 ਕਿਲੋ ਹੈਰੋਇਨ ਦੇ ਨਾਲ 2 ਨਸ਼ਾ ਤਸਕਰ ਪੁਲਿਸ ਨੇ ਕਾਬੂ ਕਰ ਲਿਆ ਹੈ। ਤਾਂ ਦੋਵੇਂ ਜੋ ਮੁਲਜ਼ਮ ਨੇ ਇਹਨਾਂ ਤੇ ਵੱਖ ਵੱਖ ਥਾਣਿਆਂ ਦੇ ਵਿੱਚ 11 ਤੋਂ ਵੱਧ ਮੁਕੱਦਮੇ ਦਰਜ ਦੱਸੇ ਜਾ ਰਹੇ ਨੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਅਗਲੀ ਜਾਂਚ ਪੜਤਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਤਾਂ 1 ਕਿਲੋ ਹੈਰੋਇਨ ਦੇ ਸਣੇ 2 ਤਸਕਰ ਨੇ ਜੋ ਕਿ ਪੁਲਿਸ ਦੇ ਅੜਿੱਕ ਕੇ ਆਏ ਨੇ। ਉਹ ਆਦਮੀ ਜਿਹੜੇ ਨੇ ਉਹ ਵੱਡੇ ਲੈਵਲ ਦੇ ਉੱਤੇ ਜਿਹੜੀ ਹੈਰਨ ਨੂੰ ਲੈ ਕੇ ਬੈਠੇ ਨੇ ਅਤੇ ਗਾਹਕਾਂ ਦੀ ਵੇਟ ਕਰ ਰਹੇ ਆ। ਉਸੇ ਸੰਬੰਧ ਵਿੱਚ ਜਿਹੜੇ ਸਾਡੇ SHO ਅਜੀਤਵਾਲ ਨੇ, SI ਹਰਵਿੰਦਰ ਸਿੰਘ, ਇਹਨਾਂ ਨੇ ਜਾ ਕੇ ਉੱਥੇ ਮੌਕੇ 'ਤੇ ਕਾਰਵਾਈ ਕੀਤੀ। 2 ਬੰਦਿਆਂ ਨੂੰ ਕਾਬੂ ਕੀਤਾ, ਜਿਨ੍ਹਾਂ ਦੇ ਵਿੱਚ ਇੱਕ ਬੇਅੰਤ ਸਿੰਘ ਜਿਹੜਾ ਉਹ ਹੈਗਾ ਚੂੜਚੱਕ ਤੋਂ, ਇੱਕ ਉਹਦਾ ਰਿਸ਼ਤੇਦਾਰ ਹੈ ਉਹ ਸੰਦੀਪ ਆਪਣਾ ਰਾਮੇ ਪਿੰਡ ਦਾ, ਸੁਖਦੀਪ ਸਿੰਘ, ਰਾਮਾ ਥਾਣਾ ਬਦਨੀ ਦੇ ਵਿੱਚ ਪੈਂਦਾ। ਇਹ ਦੋਨੇ ਅਫਸਾਲਾ ਭਣਵਾਈਆਂ ਨੇ, ਇਹ ਦੋਨੇ ਉੱਥੇ ਬੈਠੇ ਸੀਗੇ। ਇਹਨਾਂ ਦੋਨਾਂ ਨੂੰ ਕਾਬੂ ਕੀਤਾ, ਇਹਨਾਂ ਦੇ ਕੋਲੋਂ ਜਿਹੜੀ ਆ ਕਰੀਬ ਉਹ 1 ਕਿਲੋ ਜਿਹੜੀ ਉਹ ਹੈਰਨ ਬਰਾਮਦ ਹੋਈ। ਅਤੇ ਉਹਨਾਂ ਨੂੰ ਜਿਹੜਾ ਇਹਨਾਂ ਨੇ ਜ਼ਾਬਤੇ ਅਨੁਸਾਰ ਕਾਰਵਾਈ ਕੀਤੀ, ਕਾਰਵਾਈ ਕਰਕੇ ਅਤੇ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ। ਅੱਜ ਉਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਅਸੀਂ ਰਿਮਾਂਡ ਹਾਸਲ ਕਰ ਰਹੇ ਹਾਂ।